ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਲਓ ਜੀ ਬਾਈ, ਅੱਜ ਛੱਤੀਸਗੜ੍ਹ ਦੇ ਵਿੱਚ ਆਪਾਂ ਸਾਰੰਗੜ੍ਹ ਸ਼ਹਿਰ 'ਚ ਖੜ੍ਹੇ ਹਾਂ। ਇੱਥੇ ਆਪਣੇ ਪੰਜਾਬੀ ਪਰਿਵਾਰ ਆ, ਮੰਨ ਲਓ ਕਿੰਨੇ ਪਰਿਵਾਰ ਆ, ਹੈ ਨਾ। ਅੱਜ ਆਪਾਂ ਇਹ ਵੀਡੀਓ ਦੇ ਵਿੱਚ ਪੰਜਾਬੀ ਪਰਿਵਾਰਾਂ ਦੀ ਗੱਲ ਕਰਾਂਗੇ ਵੀ ਛੱਤੀ ਐਮ ਪੀ ਦੇ ਵਿੱਚ, ਯੂਪੀ ਐਮ ਪੀ ਦੇ ਵਿੱਚ ਤਾਂ ਆਪਾਂ ਬਹੁਤ ਪੰਜਾਬੀ ਦੇਖੇ ਹਾਂ ਨਾ। ਅੱਜ ਆਪਾਂ ਛੱਤੀਸਗੜ੍ਹ ਦੇ ਸਾਰੰਗੜ੍ਹ ਦੇ ਜ਼ਿਲ੍ਹੇ ਸਾਰੰਗੜ੍ਹ ਦੇ ਵਿੱਚ ਖੜ੍ਹੇ ਹਾਂ। ਇੱਥੇ ਦਿਖਾਵਾਂਗੇ ਤੁਹਾਨੂੰ ਕਿੰਨੇ ਪਰਿਵਾਰ ਆ, ਕੀ ਕਾਰੋਬਾਰ ਆ ਉਹਨਾਂ ਦੇ। ਬਾਕੀ ਪੰਜਾਬੀਆਂ ਦੀ ਪਛਾਣ ਹੈ ਨਾ, ਲੱਗਦੋਂ ਹੀ ਹੋ ਜਾਂਦੀ ਆ। ਜਿਵੇਂ ਆਹ ਦੇਖੋ ਬਾਈ, ਉਹਨਾਂ ਦਾ ਇੱਧਰ ਆਪਣੇ ਜਿਹਦੇ ਆਪਾਂ ਆਏ ਹਾਂ, ਇਹਨਾਂ ਦਾ ਗੁਰੂ ਨਾਨਕ ਔਨਲਾਈਨ ਆ ਦੁਕਾਨ ਆ, ਸ਼ੋਪ ਕਰੀ ਹੋਈ ਆ ਬਾਈ ਉਹਨਾਂ ਨੇ ਔਨਲਾਈਨ ਦੀ। ਬਾਕੀ ਜਦ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਵੀਰ ਉਹਨਾਂ ਨੇ ਘਰੇ। ਬਾਕੀ ਸਭ ਤੋਂ ਬੜੀ ਗੱਲ ਤਾਂ ਵੀ ਇਹ ਆ ਵੀ ਮੈਨੂੰ ਤਾਂ ਬੜੀ ਖੁਸ਼ੀ ਹੋਈ ਜਾਣ ਕੇ ਵੀ ਬਾਈ ਉਹਨੇ ਜਿਹੜੇ ਮੇਰੀ ਬਰਾਦਰੀ ਦੇ ਆ ਨਾ ਮਿਸਤਰੀ ਆ, ਉਹ ਵੀ ਅਸੀਂ ਵੀ ਮਿਸਤਰੀ ਹਾਂ ਬਾਈ, ਉਹ ਵੀ ਮਿਸਤਰੀ ਹਾਂ। ਸਭ ਤੋਂ ਬੜੀ ਗੱਲ ਤਾਂ ਇਹ ਖੁਸ਼ੀ ਹੋਈ ਵੀ ਆਪਣੀ ਇੱਕ ਬਰਾਦਰੀ ਦੇ ਬੰਦੇ ਮਿਲੇ ਆ, ਪਹਿਲੀ ਵਾਰ ਬਾਹਰ ਆ ਕੇ ਮਿਸਤਰੀ ਬਰਾਦਰੀ ਦੇ ਬੰਦੇ ਮਿਲੇ ਆ। ਬਾਕੀ ਬਾਈ ਉਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਦਾ ਕਿੱਦਾਂ ਦਾ ਉਰੇ ਰਹਿਣ ਸਹਿਣ ਆ, ਹੈ ਨਾ, ਕਿੱਦਾਂ ਦਾ ਇਹਨਾਂ ਦੇ ਵਿੱਚ ਮਾਹੌਲ ਆ, ਕਿੰਨੇ ਸਾਲਾਂ ਤੋਂ ਰਹਿ ਰਹੇ ਆ। ਚਲੋ ਕਰਦੇ ਹਾਂ, ਆ ਜਾਓ ਵੀਡੀਓ ਸਟਾਰਟ। ਪੰਜਾਬੀ ਹੋਣ 'ਤੇ ਮਾਣ ਔਰ ਪਹਿਚਾਣ ਇੱਥੇ ਤਾਂ ਹੁੰਦੀ ਆ ਬਾਈ, ਪੰਜਾਬੀ ਦੀ ਪਛਾਣ ਨਾ। ਬਾਹਰ ਆਪਾਂ ਕਿਸੇ ਵੀ ਸੂਬੇ ਚਲ ਜਾਈਏ ਤਾਂ ਉੱਥੇ ਖੰਡਾ ਜਿਹੜਾ ਵਾਹਿਆ ਹੋਇਆ ਹੋਊਗਾ ਪੰਜਾਬੀ, ਜਾਂ ਸਤਨਾਮ ਵਾਹਿਗੁਰੂ ਲਿਖਿਆ ਹੋਊਗਾ ਕਿਸੇ ਮਕਾਨ ਦੇ ਉੱਤੇ ਜਾਂ ਦੁਕਾਨ ਦੇ ਉੱਤੇ। ਕੋਈ ਨਾ ਕੋਈ ਪਹਿਚਾਣ ਆ ਜਿਹੜੀ ਆਪਣੇ ਪੰਜਾਬੀ ਵੀਰ ਰੱਖਦੇ ਆ ਜ਼ਰੂਰ। ਚਲੋ ਆ ਜਾਓ, ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਾਉਂਦੇ ਹਾਂ ਦਰਸ਼ਨ ਵੀ ਜਿਹੜਾ ਬਾਈ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ। ਉਹ ਵਾਹਿਗੁਰੂ ਸੱਚਾ, ਪਹਿਲਾਂ ਤਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ, ਬਾਕੀ ਗੱਲਾਂ ਬਾਅਦ 'ਚ। ਵਾਹਿਗੁਰੂ। ਬਾਕੀ ਆ ਜਾਓ ਮਨੀ, ਦਿਖਾ ਦੇ ਬਾਈ ਅੰਦਰ 'ਤੇ ਗੁਰਦੁਆਰਾ ਸਾਹਿਬ। ਬਾਈ ਉਹਨਾਂ ਨੇ ਦੇਖੋ ਐਨ ਨਾ ਬਣਾ ਕੇ ਕਮਰਾ ਰੂਮ ਵਧੀਆ, ਐਨ ਏ ਸੀ ਵਗੈਰਾ ਲਾ ਕੇ, ਐਨ ਮੰਨ ਲਓ ਜਿਹੜੀ ਆਪਣੀ ਪਹਿਚਾਣ ਆ ਛੱਤੀਸਗੜ੍ਹ ਦੇ ਵਿੱਚ ਵੀ ਰੱਖੀ ਹੋਈ ਆ। ਬਾਕੀ ਬਾਈ ਉਹਨਾਂ ਕੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਨਾ, ਗੱਲ ਵੀ ਗੁਰਦੁਆਰਾ ਸਾਹਿਬ ਕਦੋਂ ਅਤੇ ਕਿਹੜੇ ਸੰਨ 'ਚ ਬਣਾਇਆ ਹੈ ਜੀ। ਇਹ ਆਪਣੇ ਗੱਲ ਸਰਦਾਰ ਜੀ ਗੱਲ ਕਰਨਗੇ ਹੁਣ ਬੰਦ। ਬਾਕੀ ਇਹ ਆਪਾਂ ਨੂੰ ਹੈ ਨਾ ਪੰਜਾਬੀ ਸਰਦਾਰ ਜੀ ਆਪਣੇ ਜਿਹੜਿਆਂ ਦੇ ਮਤਲਬ ਮਿਸਤਰੀ ਪਰਿਵਾਰ ਦੇ ਉਰੇ ਚਾਰ ਪੰਜ ਟੱਪ ਜੀ ਰਹਿੰਦੇ ਆ ਇਹਨਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਆਪਣੇ ਹੋਰ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਫਤਿਹ ਜੀ, ਫਤਿਹ। ਬਾਬਾ ਜੀ ਐਂ ਦੱਸੋ ਜੀ ਪਹਿਲਾਂ ਵੀ ਆਪਣੇ ਉਰੇ ਕਿੰਨੇ ਕੁ ਸਾਲ ਤੋਂ ਇਹ ਗੁਰਦੁਆਰਾ ਸਾਹਿਬ ਆਪਣਾ ਜਿਹੜਾ ਬਣਿਆ ਹੋਇਆ? ਇਹ ਸੰਨ 76 'ਚ ਬਣਿਆ ਗੁਰਦੁਆਰਾ, 1976 'ਚ। 1976 ਦੇ ਵਿੱਚ 76 'ਤੇ ਬਣਿਆ ਸਾਡੇ ਸਾਡੇ ਪਿਤਾ ਜੀ ਉੱਥੇ ਜਲੰਧਰ ਰਹਿੰਦੇ ਸੀਗੇ। ਅੱਛਾ ਜੀ। ਤਾਂ ਉੱਥੋਂ ਇੱਧਰ ਆਪਣਾ ਛੱਤੀਸਗੜ੍ਹ 'ਚ ਸਾਰੰਗੜ੍ਹ ਜ਼ਿਲ੍ਹਾ ਆ ਇਹ। ਹਾਂਜੀ, ਸਾਰੰਗੜ੍ਹ ਜ਼ਿਲ੍ਹਾ ਵੱਜਦਾ ਜੀ। ਹਾਂਜੀ, ਠੀਕ ਹੈ, ਠੀਕ ਹੈ ਜੀ। ਤਾਂ ਇੱਥੇ ਹੁਣ ਆਏ ਸੀ ਬਸੇ ਇੱਥੇ, ਤਾਂ ਫਿਰ ਪਰਿਵਾਰ ਸਾਡਾ ਵੱਡਾ ਸੀ, ਇਕੱਲਾ ਪਰਿਵਾਰ ਸੀ ਇੱਥੇ ਸਾਰੰਗੜ੍ਹ 'ਤੇ। ਅੱਛਾ ਜੀ। ਤਾਂ ਮਾਤਾ ਜੀ ਸਾਡੇ ਔਰ ਪਿਤਾ ਜੀ ਬਹੁਤ ਮਤਲਬ ਗੁਰੂ ਨੂੰ ਮੰਨਦੇ ਸੀਗੇ, ਤਾਂ ਪਰਿਵਾਰ ਰਾਏਗੜ੍ਹ ਜਾਂਦੇ ਸੀਗੇ, ਰਾਏਗੜ੍ਹ ਜ਼ਿਲ੍ਹਾ। ਇੱਥੇ ਤੋਂ ਗੁਰਦੁਆਰਾ ਸਾਹਿਬ ਦੂਰ ਜਾਣਾ ਪੈਂਦਾ ਸੀ, 50 ਕਿਲੋਮੀਟਰ ਦਰਸ਼ਨ ਕਰਨ ਵਾਸਤੇ ਉੱਥੇ ਜਾਣਾ ਪੈਂਦਾ ਤਾਂ ਉੱਥੇ ਜਾਣਾ ਪੈਂਦਾ ਸੀਗਾ। ਤਾਂ ਸਾਡੇ ਮਾਤਾ ਜੀ ਦਾ ਪੂਜਾ ਪਾਠ, ਗਰੀਬਾਂ ਨੂੰ ਸੇਵਾ ਕਰਨਾ, ਲੰਗਰ ਚਲਾਉਣਾ ਬਹੁਤ ਕਰਦੇ ਸੀ। ਅੱਛਾ ਜੀ। ਉਹਨਾਂ ਨੂੰ ਹੁਕਮ ਹੋਇਆ ਸੀਗਾ ਕਿ ਇੱਥੇ ਗੁਰਦੁਆਰਾ ਬਣਾਓ ਘਰ। ਜਿਹੜਾ ਗੁਰਦੁਆਰਾ ਬਣਿਆ ਹੋਇਆ ਇੱਥੇ, ਫਿਰ ਗੁਰਦੁਆਰਾ ਬਣਾਇਆ। ਤਾਂ ਜਦੋਂ ਤੋਂ ਇੱਥੇ ਗੁਰਪੁਰਬ ਦੇ ਟਾਈਮ 'ਚ 1000-2000 ਬੰਦਿਆਂ ਦਾ ਬਹੁਤ ਵੱਡਾ ਲੰਗਰ ਲੱਗਦਾ ਆ, ਔਰ 3-4 ਘਰ ਹੈਗੇ ਇੱਥੇ ਸਾਰੰਗੜ੍ਹ 'ਤੇ। ਤਾਂ ਇਹ ਸਾਰੇ ਮਿਲ ਕੇ ਇੱਥੇ ਛੋਟੇ ਛੋਟੇ ਜੋ ਵੀ ਪ੍ਰੋਗਰਾਮ ਆ, ਪੂਰਨਮਾਸੀ ਆਪਣਾ, ਸੰਗਰਾਂਦ ਵਗੈਰਾ ਜੋ ਵੀ ਪਰਵ ਹੈ ਇੱਥੇ ਆ ਕੇ ਪ੍ਰੋਗਰਾਮ ਵਧੀਆ ਕਰਦੇ ਉੱਕਣੇ ਮਨਾਉਂਦੇ ਹੋ? ਹਾਂਜੀ ਹਾਂਜੀ, ਠੀਕ ਹੈ, ਠੀਕ ਹੈ ਜੀ। ਤਾਂ ਬਾਕੀ ਬਾਬਾ ਜੀ ਐਂ ਦੱਸੋ, ਜਦ ਆਪਾਂ ਮੰਨ ਲਓ ਕਿੱਥੇ, ਮੰਨ ਲਓ ਕਿੰਨੇ ਪਰਿਵਾਰ ਆ ਜਿਹੜੇ ਆਪਣੇ ਉਰੇ ਸਾਰੰਗੜ੍ਹ ਦੇ ਵਿੱਚ, ਕਿੰਨੇ ਕੁ ਪੰਜਾਬੀ ਪਰਿਵਾਰ ਆਪਣੇ ਨਾਲ ਜਿਹੜੇ ਮਿਲ ਕੇ ਚੱਲਦੇ ਆ? ਹਾਂਜੀ, ਸਾਰੰਗੜ੍ਹ 'ਤੇ ਕੇਵਲ 4 ਪਰਿਵਾਰ ਆ। ਅੱਛਾ, ਮੰਨ ਲਓ ਸਾਰੇ ਪੂਰੇ ਆਪਣੇ ਜਿਹੜੇ ਮਿਲ ਕੇ ਚੱਲਦੇ ਗੁਰਦੁਆਰਾ ਸਾਹਿਬ? ਇੱਥੇ ਇੱਕ ਗੁਰਦੁਆਰਾ ਹੁਣ ਮਾਤਾ ਜੀ ਨੇ, ਪਿਤਾ ਜੀ ਨੇ ਬਣਵਾਇਆ ਸੀਗਾ, ਤਾਂ ਇੱਥੇ ਆਪਣੇ ਆਉਂਦੇ ਆ। ਅੱਛਾ ਜੀ। ਔਰ ਸਾਰਾ ਗੁਰੂ ਦਾ ਜੋ ਵੀ ਪਰਵ ਹੁੰਦਾ ਆ, ਜਿੱਦਾਂ ਵੀ ਹੈ, ਉਸਨੂੰ ਇੱਥੇ ਮਨਾਉਂਦੇ ਆ 4 ਘਰ ਮਿਲ ਕੇ। ਮਤਲਬ ਵੀ 4 ਪਰਿਵਾਰ ਆ ਪੂਰੇ? 4 ਪਰਿਵਾਰ ਜੀ। ਬਾਕੀ ਹੋਰ ਆਲੇ ਦੁਆਲੇ ਕਿਤੇ? ਆਲੇ ਦੁਆਲੇ ਹੋਰ ਕੋਈ ਨਹੀਂ ਆ। ਹੁਣ ਇੱਥੋਂ 50 ਕਿਲੋਮੀਟਰ ਸਰਾਏਪਾਲੀ ਰਾਏਗੜ੍ਹ ਇੱਧਰਲੇ ਪਾਸੇ ਗੁਰਦੁਆਰੇ ਹੈਗੇ, ਉੱਧਰ ਸੰਗਤ ਵੀ ਹੈਗੀ ਆ। ਅੱਛਾ ਜੀ। ਬਾਕੀ ਪ੍ਰੋਪਰ ਸਾਡੇ ਸਾਰੰਗੜ੍ਹ 'ਚ ਕੇਵਲ 4 ਹੀ ਪਰਿਵਾਰ ਆ। ਠੀਕ ਹੈ, 4 ਘਰਾਂ ਵਾਸਤੇ ਜਾਣੀ 4 ਪਰਿਵਾਰਾਂ ਵਾਸਤੇ ਗੁਰਦੁਆਰਾ ਸਾਹਿਬ ਤੁਸੀਂ
हाँ जी, उन्हें ये किया कि घर पहले तो जो साढ़े पिता जी आए थे उदो कोई ही सिख परिवार नहीं सीगा। अच्छा, पहला मतलब शुरुआत। हाँ जी, हाँ जी, तो वो चेर तो सन 76 से फिर माता जी ने हुक्म होया सीगा कि इतने बनाओ गुरुद्वारा। तो इन्होंने फिर पिता जी माता जी उन्होंने सन 76 से गुरुद्वारे का अपना स्थापना करके उदो बनवाया सीगा। ठीक है जी। जदों तो इतने सारा परिवार सारा पूजा पाठ जो भी होंगे गुरु का वो सारा परिवार करते हैं। जो भी चार घर है मकान बी रहायश इन्हों की मगरली छड़ बई उन्होंने रहायश है ना बिचे गुरु घर के वधिया सब कुछ देखभाल ना। थानू पता ही अजकल ना जिमें बेअदबियां होंगे उन्होंने करके वधिया बहुत निगरानी प्रकाश गुरुद्वारा देखो आप अपना चारों पास कि सब बहुत वधिया साफ सुथरा एसी लग्या अंदर है ना। देखो कि टायर सिस्टम एन बना के वधिया करया हो। अच्छा, जिम्मे पंजाब पिछे केड़ा एरिया जी अपना? साडा पंजाब जलंधर है जी। जलंधर के लागे अपना आदमपुर कंदोला दुआबा पैंदा है जी। परिवार चाचा जी होनी होर भी है गए। बाकी साडा परिवार इथे आके बस गया इथे रह गए जाते आने बाकी पंजाब की याद तो आई होनी है। पंजाब जाने जी हूं फिर ब्याह है जी गलत सारी बड़ी सेवा हुई उन्होंने गुरु महाराज की। उन्होंने आख्या आशीर्वाद दिता कि तुसी उजड़ जाओ। अच्छा जी, मतलब उजड़ जाओ। अच्छा, उसी तरह से साडे सिख कौम जिहड़ी हैगी है ना दुनिया दे विच जिथे जिथे जा करके एक एक परिवार भी बस गया उत्थे गुरु महाराज जी का प्रचार प्रसार इन्ना जोरां नाल हुंदा है कि उत्थे लोग गुरु नाल जुड़ जाते हैं और गुरु महाराज की बड़ी कृपा हो जाती है उस जगह पर। उसी तरह ना साडा भी एक परिवार सीगा जिहड़ा इत्थे जंगल जिहा बसिया होया सीगा 80-90 साल पुराना। साडे पिता जी आए इत्थे परिवार बनिया, परिवार इत्थे पूजा पाठ किया, आले दुआले हिंदुआं नूं भी गुरु महाराज के बारे पता लगा। हिंदू कुड़ी मुंडे जिहड़े हुंदे सीगे भी बाबा जी दे शबद कीर्तन करन लगे। तो इसी प्रकार ना साडे सिख कौम जिहड़ी हैगा ना दुनिया दे विच हर जगह हर जगह जिथे कोई नहीं है जिथे कमल फुल हुंदा है जिदा तलाब दे अंदर उस तरह खिलदा होया अपने गुरु नानक देव जी दा प्रचार प्रसार करदे हो उहनां दा नाम दा। मतलब अपने बच्चियां दी गां अग्गे तो अग्गे मैरिज ब्याह किवें फिर इहनां दा किवें एडजस्टमेंट करदे हो इधर कुड़ियां? हुण इह की है कि पंजाब आ इत्थों दूर आ, दो दिन 24 घंटे का राह पै जाता ट्रेना चे। पंजाब जिदा हम कुड़िया है वो सोचते सन 84 के बीच जो दंगा वगैरह होया सी वो करके भी कई बार डरते हैं। और कुड़िया भी कहती है कि भाई छत्तीसगढ़ पंजाब तो दूर आ ये सोच के ये भी गल आ जाती है। तो फिर असी फिर यही है कि छत्तीसगढ़ एरिया जोड़ा है हम छत्तीसगढ़ के बच्चे असी ब्याह शादी ਕੁੜੇ ਮੁੰਡੇ ਦਾ ਕਰਦੇ ਆ ਮਤਲਬ ਪਰਿਵਾਰ ਮਿਲ ਜਾਂਦੇ ਆ ਪਰਿਵਾਰ ਫਿਰ ਇਧਰਲੇ ਪਾਸੇ ਸਭ ਜਿੱਦਾਂ ਸਾਡੇ ਭੈਣਾਂ ਆ ਭਰਾਵਾਂ ਆ ਸਾਰੇ ਆਹ ਅੱਗੇ ਤੋਂ ਅੱਗੇ ਰਿਸ਼ਤੇਦਾਰੀ। ਹਾਂਜੀ ਹਾਂਜੀ, ਕੋਈ ਰਾਏਪੁਰ ਵਿਆਹ ਹੋ ਗਿਆ, ਕਿਸੇ ਦਾ ਬਾਲਾਘਾਟ ਹੋ ਗਿਆ, ਇੱਦਾਂ ਕਰਕੇ ਛੱਤੀਗੜ੍ਹ ਦੇ ਅੰਦਰ ਹੀ ਵਿਆਹ ਹੋ ਜਾਂਦਾ। ਠੀਕ ਹੈ। ਹੁਣ ਰਿਸ਼ਤੇਦਾਰ ਤਾਂ ਸਾਡੇ ਸਾਰੇ ਜਿੰਨੇ ਚਾਚੇ ਤਾਏ ਮਾਸੀ ਮਾਸੀਆਂ ਸਭ ਉੱਧਰ ਜਲੰਧਰ ਆ, ਆਦਮਪੁਰ ਕਦੋਲੇ ਆ। ਹਾਂਜੀ, ਬਾਕੀ ਜਿਹੜੀ ਵੀ ਤੁਹਾਨੂੰ ਮਤਲਬ ਜਨਮ ਤੁਹਾਡਾ ਇੱਥੇ ਦਾ ਹੀ ਹੈ ਜੀ ਇੱਧਰ ਦਾ? ਹਾਂਜੀ, ਕੁਛ ਸਾਡੇ ਪਰਿਵਾਰ ਦੇ ਜਿੱਦਾਂ ਪੰਜ ਭੈਣਾਂ ਪੰਜ ਭਰਾ ਆ, ਤਾਂ ਕੁਛ ਭਰਾਵਾਂ ਦਾ ਪੰਜਾਬ ਵੀ ਜਨਮ ਆ ਤਾਂ ਕੁਛ ਲੋਕਾਂ ਦਾ ਇੱਥੇ ਵੀ ਆ, ਲੇਕਿਨ ਸਾਡਾ ਆਉਣਾ ਜਾਣਾ ਜੋ ਹੈਗਾ ਆ ਸਭ ਪੰਜਾਬ ਦੇ ਵਿੱਚ ਹੈ। ਬੇਚੈਨੀ ਲੱਗੀ ਵੀ ਹੈ ਨਾ ਵੀ ਕਦੋਂ ਅਸੀਂ ਪਿੰਡ ਚਲ ਜਾਈਏ, ਕਦੋਂ ਅਸੀਂ ਜਾ ਕੇ ਭਾਵੇਂ ਕਰੀਏ ਕੋ ਕੱਖ ਨਾ, ਬਸ ਜਿਹੜਾ ਖਾਣਾ ਪਾਣੀ ਹੈ ਨਾ ਉਹ 7-8 ਦਿਨ ਸਰੀਰ ਨਾਲ ਟੁੱਟੇ ਨੂੰ ਹੋ ਗਏ, ਜਿਵੇਂ ਅਮਲੀ ਦਾ ਅਮਲ ਨਸ਼ਾ ਮੁੱਕਿਆ ਹੁੰਦਾ ਨਾ, ਐਂ ਹੋਇਆ ਸਰੀਰ ਨੂੰ। ਹਾਂਜੀ, ਵੀ ਜਿਵੇਂ ਮਤਲਬ ਉੱਧਰ ਦਾ ਖਾਣਾ ਉਰੇ ਦਾ ਖਾਣਾ ਫਰਕ ਹੈ ਜੀ, ਉਹਦੇ ਕਰਕੇ ਤਾਂ ਐਂ ਸਰੀਰ ਹੋਇਆ ਵਾ ਵੀ ਜਿਵੇਂ ਉੱਥੇ ਤਾਂ ਭਾਵੇਂ ਲੱਸੀ ਆ ਮੱਕੀ ਦੀ ਰੋਟੀ ਆ ਦਹੀਂ ਆ ਭਾਵੇਂ ਜਿੰਨਾ ਮਰਜ਼ੀ ਖਾ ਲਓ ਸਰਦੀ ਨਹੀਂ ਲੱਗਦਾ। ਠੀਕ ਹੈ ਜੀ, ਇੱਧਰ ਮੌਸਮ ਥੋੜ੍ਹਾ ਹੋਰ ਟਾਈਪ ਦਾ ਹੈ ਪੰਜਾਬ। ਬਾਕੀ ਗੁਰੂ ਘਰ ਦਿਖਾ ਦੇ ਮੈਨੂੰ ਫੇਰ ਇੱਕ ਵਾਰ ਵੀ, ਦੇਖੋ ਕਿੰਨਾ ਸੋਹਣਾ ਨਾ ਬਾਈ ਉਹਨਾਂ ਨੇ ਐਨ ਬਾਬਾ ਜੀ ਦੀ ਕਿਰਪਾ ਨਾਨਕ ਜੀ ਦੀ ਪੂਰੀ ਵੀ 1976 ਤੋਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਐਨ। ਚਲੋ ਠੀਕ ਹੈ ਜੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਤੁਹਾਨੂੰ ਦੋਵੇਂ ਵੀਰਾਂ ਗੱਲ ਮਿਲਾਉਂਦੇ ਆਪਣੇ ਮਿੱਤਰ ਹੈ ਉਹ ਵੀ ਵੀਡੀਓ।
बंद किया हुआ इस टाइम अं कर रही हाँ बच्चे अपने उ शॉप हैगी गुरु नानक ऑनलाइन सर्विस मूहरत शॉप हाँ जी मूहरत दिखाई थी बी शॉप इन्हों की ऑनलाइन सिस्टम है जो सारा इंश्योर वगैरह है ना जो भी ऑनलाइन सिस्टम अज देखे सोशल ऑनलाइन सारा प्रोजेक्ट ऑनलाइन आ सारा धंधा ही चौपट होया फिर हाली हां फिर गड्डिया का काम बंद करके फिर कॉम्पलैक्स अगर बना सारा किराए कुराए दिता है बच्चे काम करते हैं सारा छत्तीसगढ़ बहुत जगह मारिया हुई पर इतने थोड़ा जा चार परिवार अंकल जी ने दस चार परिवार सिर्फ और ये होगा मेल जोल है गुरुद्वारे के मतलब जो भी प्रोग्राम करते हैं ना तो चार परिवार चार परिवार है जी इन्ना वड्डा प्रोग्राम गुरु नानक जयंती से होंदा है हजारा बंदे आंदे आ और लोग तो कहते हैं कि तुम चार परिवार हो के इन्ना वड्डा प्रोग्राम करते हैं चलो ये तो असी की करना है रब करा मालक करा हथ सारे हिंदू आ मुस्लिम आ हरेक कौम के बंदे आते गुरु का लंगर छकते हैं गुरु नानक देव जी के जन्मदिन के टाइम और बहुत ही अच्छे नाल और बहुत मतलब भाईचारा वागू रेंगे इतने किसी प्रकार की कोई परेशानी नहीं सानू हाँ जी और की कहते हैं सन 84 के बीच भी इन्ना दुनिया के होया इतने सारंगढ़ कितने कुछ नहीं होया असं घूमते रहे अच्छा हाँ जी उस वेले सारंगढ़ समझ लो कि ऐसा माहौल सीगा कि गुरपुरब के टाइम ते जदों बाबा जी का सवेरे प्रभात फेरी कटी दा हुंदा आ कि हिंदू लोग भी सारे बड़ी मतलब सेवा करते हैं अच्छा मतलब सारे वे जेड़े हिंदू मुस्लिम हिंदू सारा भाईचारा सारे सारे रास्ते च स्टाल लाउंदे देखिया भी पानी आ गया कितने सिखा ने जाके लंगर लाते इधर से लोग बहुत जाते हैं वैष्णो माता जाते हैं अमृतसर अमृतसर जाते आके बोलते भी है बहुत के तुहाडे अमृतसर बहुत सेवा होंगी आ लंगर छकन नूं मिलता है कई कुछ उत्थे दा दसदे आ अच्छा लगता है कि गुरु का ना तो हो रहा है चारों पास से बहुत मानते हैं जी ऐसी कोई गल नहीं वाहे गुरु की कृपा है एमपी जाने जी उसे भी छाड़ के मशीना के नाल होने बंदे उन्होंने कह रहे कि नहीं जी मत्था टेक के आओ नहीं सरदार हम भी मत्था टेक के हां जी हां जी हां जी हां जी बहुत बहुत बढ़िया अंदर जाके नमस्कार करके 10 मिनट बैठ के यार पूरी गलबात करके आउने हैं भी दिल पूछते हैं ओदे बारे भी ये जेड़ा तुसी ग्रंथ साहिब मत्था टेकदे हैं जी पट पार्टी साहब बैठा उन्होंने पूछो कई बार बंदे उन्होंने पूछे भी की करते हैं बैठ के चोला साहब वाला आना ना करके भी पूछते हैं भी की करते हैं हाँ सारी गल जानकारी लेके फिर अगे दसदे जाके गांह दे गांह इक ने वधदा जांदा भाई सिक्खी दा प्रचार आ जिहड़ा ना आबादी भावें 2% वधदे आ पर बैठे सिख संगत आ जिहड़ी बहुत दूर तक पंजाबियां ने मल्लां मारियां हुई हैं सिख कौम दे बंदे च पवां एक परिवार किते होवे हाँ जी हाँ जी उत्थे तां गुरु दा प्रचार होना ही आ और जिदा कमल फुल खिलता है ना
तलाश च किदा लगता है। ऐसे ही सिख परिवार जिथे किते भी चला जाता है उत्थे कमल फुल दे समान वो अपने गुरु दे नाद प्रचार प्रसार ता उना दा लंगर पानी छका के लोकां नूं धन करदे आ ता आप भी धन हो जांदे आ। इक गल पंजाबी पता चला दा है कि होर फर्क आउणा आप छत्तीसगढ़ दा होर स्टेटां च वी जाने आ पर छत्तीसगढ़ दा थोड़ा जिहा होर स्टेटां नालों फर्क आ सरदार बंदे दी इज्जत थोड़ी ज्यादा आ। हां जी छत्तीसगढ़ सारंगढ़ जिला हाँ जी जिला हो गया पहले एक साल पहले तहसील सीगा उन्होंने जिला का दर्जा करता है नवा ही जिला बनया है तो इतने हम छत्तीसगढ़ सारंगढ़ जिला चलिए ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।